ਪਰ ਜਦ ਮੈਂ ਵੈਲਨੈਸ ਦੀ ਗੱਲ ਕੀਤੀ ਫਾਈਨੈਂਸ਼ੀਅਲ ਵੈਲਨੈਸ ਦੀ ਗੱਲ ਕੀਤੀ ਤਾਂ ਉੱਥੇ ਮੈਨੂੰ ਸਮਝ ਆਇਆ ਕਿ ਵੈਲਨੈਸ ਜਿਹੜਾ ਹੈ ਉਹ ਇੱਕ ਸਟੇਟ ਆਫ ਮਾਈਂਡ ਹੈ ਤੇ ਬੈਲੈਂਸ ਲੈ ਕੇ ਕਰਕੇ ਹੀ ਤੁਸੀਂ ਡਿਸੀਜਨ ਲੈ ਸਕਦੇ ਹੋ ਚਾਹੇ ਉਹ ਫਾਈਨੈਂਸ ਕੋ ਰਿਲੇਟਡ ਹੈ ਚਾਹੇ ਉਹ ਰਿਲੇਸ਼ਨਸ਼ਿਪ ਤੋਂ ਰਿਲੇਟਡ ਹੈ ਜਾਂ ਕੈਰੀਅਰ ਤੋਂ ਰਿਲੇਟਡ ਹੈ ਸਟ्रेस ਹੈਗੇ ਜਾਂ ਸੀ ਕਿਸੇ ਟੈਨਸ਼ਨ ਚ ਐਂਗਜ਼ਾਈਟੀ ਚ ਸਾਡੇ ਕੋਲ ਇੱਕ ਸਹਾਰਾ ਹੋਣਾ ਚਾਹੀਦਾ ਜਿਹਦੇ ਨਾਲ ਅਸੀਂ ਡਿਸਕਸ ਕਰੀਏ ਤੇ ਮੇਰਾ ਪਰਪਸ ਲਾਈਫ ਇਨ ਸੈਕੰਡ ਮੋਟੇ ਮੈਰਾ ਸੋਸ਼ਲ which coach ਇਹੀ ਆਂਦਾ ਕਿ ਮੈਂ ਲੋਕਾਂ ਨੂੰ ਜ਼ਿਆਦਾ ਵਸਾਦਾ ਗਾਈਡ ਕਰ ਸਕਾਂ ਉਹਨਾਂ ਨੇ ਵੈਲਨੈਸ ਦੇ ਉੱਤੇ ਵਰਕ ਕਰ ਸਕਾਂ ਕਿ ਫੇਲ ਹੋਣ ਦਾ ਡਰ ਤੇ ਉਹਦੇ ਤੋਂ ਉੱਪਰ ਆਉਣ ਵਾਸਤੇ ਇੱਕ ਗੁਰੂ ਦੀ ਇੱਕ ਮੈਂਟਰ ਦੀ ਇੱਕ ਸਹਾਰੇ ਦੀ ਜ਼ਰੂਰ ਜ਼ਰੂਰ ਤੰਦੀ ਹੈ ਜਿਹੜੀ ਅੱਜ ਕੱਲ ਦੇ ਸਮੇਂ 'ਚ ਮਿਸਿੰਗ ਹੈ ਸਤਿਗੁਰਾਲ ਜੀ ਤੁਸੀਂ ਦੇਖ ਰਹੇ ਹੋ ਨਰਪਖ ਪੋਸਟ ਤੇ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਨਰਪਖ ਪੋਡਕਾਸਟ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਨਰਪਖ ਪੋਡਕਾਸਟ ਦਾ ਚੌਥਾ ਐਪੀਸੋਡ ਸ਼ੂਟ ਕਰ ਰਿਹਾ ਜਿੱਦੇ ਸਾਡੇ ਨਾਲ ਕੋਈ ਖਾਸ ਮਹਿਮਾਨ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਤੁਹਾਡੇ ਰੋਬਰੂ ਕਰੀਏ ਤੁਹਾਡੀ ਜ਼ਿੰਦਗੀ ਦੀਆਂ ਗੱਲਾਂ ਤੁਹਾਡੇ ਨਾਲ ਜੁੜੀਆਂ ਹੋਈਆਂ ਗੱਲਾਂ ਉਹਨਾਂ ਦੇ ਨਾਲ ਅਸੀਂ ਸਾਂਝੀਆਂ ਕਰੀਏ ਜਿਨ੍ਹਾਂ ਦਾ ਤੁਹਾਡੇ ਨਾਲ ਕੋਈ ਨਾ ਕੋਈ ਜਿਹੜਾ ਸਬੰਧ ਹੈ ਤਾਂ ਅੱਜ ਸਾਡੇ ਨਾਲ ਇਸ ਖਾਸ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਡਾਕਟਰ ਰਜਨੀ ਚੋਹਾਨ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਮੈਂ ਵੈਸੇ ਅਧਿਆਪਕ ਨਹੀਂ ਸラン ਸ਼ਬਦਾਂ ਦੇ ਵਿੱਚ ਜੇ ਕਹਿਣਾ ਹੋਵੇ ਆ ਇਹੋ ਵਾਲੇ ਡਾਕਟਰ ਨੇ ਜਿਹੜੇ ਪੜੇ ਲਿਖੇ ਡਾਕਟਰ ਹੁੰਦੇ ਨੇ ਜਿਹੜੇ ਇਲਾਜ ਨਹੀਂ ਕਰਦੇ ਪਰ ਇਹ ਇਲਾਜ ਵੀ ਕਰਦੇ ਨੇ ਤੇ ਵੈਲਨੈਸ ਐਂਡ ਲਾਈਫ ਸਕਿਲਸ ਕੋਚ ਨੇ اور ਇਹਨਾਂ ਦੇ ਨਾਲ ਆਪਾਂ ਜ਼ਿੰਦਗੀ ਦੀਆਂ ਨਾਲ ਜੁੜੀਆਂ ਹੋਈਆਂ ਰੋਜ਼ਾਨਾ ਦੇ ਨਾਲ ਰੋਜ਼ਾਨਾ ਜ਼ਿੰਦਗੀ 'ਚ ਜੋ ਕੁਝ ਸਾਡੇ ਨਾਲ ਵਾਪਰਦਾ ਹੈ ਉਹ ਗੱਲਾਂ ਬਾਤਾਂ ਆਪਾਂ ਕਰਾਂਗੇ ਮੈਮ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ ਜਿਹੜਾ ਤੁਸੀਂ ਇਹ ਜ਼ਰੂਰ ਆਪਣੀ ਇੰਟਰੋਡਕਸ਼ਨ ਤੁਸੀਂ ਜ਼ਰੂਰ ਦਿਓ ਦਰਸ਼ਕਾਂ ਨੂੰ ਕਿ ਇੱਕ ਤਾਂ ਤੁਸੀਂ ਜਿਹੜਾ ਪੜਾਉਨੇ ਵੀ ਹੋ ਅਧਿਆਪਕ ਹੋ ਉਹ ਵਾਲੇ ਡਾਕਟਰੋਂ ਤੇ ਫਿਰ ਤੁਸੀਂ ਸਿਹਤ ਨੂੰ ਵੀ ਠੀਕ ਕਰਨ ਤੁਰੇ ਹੋ ਦਿਮਾਗ ਦੇ ਰੋਗਾਂ ਨੂੰ ਠੀਕ ਕਰਨ ਤੁਰੇ ਹੋ ਇਹਦੇ ਬਾਰੇ ਜ਼ਰੂਰ ਦੱਸਿਓ ਜੀ ਅਮ ਇਹਦਾ ਹੈ ਕਿ ਜਦ ਮੈਂ ਆਪਣਾ ਸ਼ੁਰੂ ਕੀਤਾ ਕੈਰੀਅਰ ਤੇ ਉਹਦੇ ਵਿੱਚ ਮੈਨੂੰ ਜਦਾਂ ਯੰਗ ਏਜ 'ਚ ਅਸੀਂ ਹੁੰਦੇ ਆਂ ਤੇ ਅਸੀਂ ਕੁਝ ਪ੍ਰੋਬਲਮਸ ਨਾਲ ਫੇਸ ਕਰਦੇ ਆਂ ਪਰ ਮੈਨੂੰ ਇਦਾਂ ਦਾ ਕੋਈ ਪਰਸਨ ਮਿਲਿਆ ਨਹੀਂ ਜੋ ਮੈਨੂੰ ਮੈਂਟਰ ਕਰ ਸਕੇ ਜੀ ਜਦਾਂ ਅਸੀਂ ਸਟਾਰਟਿੰਗ ਵਿੱਚ ਕਰਦੇ ਆਂ ਕਿ ਸਾਨੂੰ ਕੈਰੀਅਰ ਤੋਂ ਲੈ ਕੇ ਬੜੇ ਚੈਲੰਜਸ ਆਉਂਦੇ ਆਂ ਜੀ ਪਰ ਇਸ ਆਪਣੇ ਲਾਈਫ ਨਾਲ ਜੂਝਦੇ ਹੋਏ ਫਿਰ ਵੀ ਮੈਂ ਬਹੁਤ ਅੱਛਾ ਲਾਈਫ ਸਟਾਈਲ ਰਾਬਦੀ ਦੇ ਨਾਲ ਰਮਾਤਮਾ ਦੇ ਦਿਦਾਨਲ ਮੈਂ ਕੀਤਾ ਕੰਮ ਮੈਂ ਪਹਿਲਾਂ ਟੀਚਿੰਗ ਚ ਗਈ ਫਿਰ ਉਸ ਤੋਂ ਬਾਅਦ ਮੈਂ ਅਗੇਨ ਇੰਡਸਟਰੀ ਚ ਜਾ ਕੇ ਵਰਕ ਕੀਤਾ ਬੈਂਕ ਵਿੱਚ ਇੰਸ਼ੋਰੈਂਸ ਵਿੱਚ ਵਰਕ ਕੀਤਾ ਫਿਰ ਵਾਪਸ ਸਿੱਖ ਕੇ ਆ ਕੇ ਸਭ ਕੁਝ ਇੰਡਸਟਰੀਜ਼ ਕੋਰਪੋਰੇਟ ਸੈਕਟਰ ਤੋਂ ਆ ਕੇ ਐਮ ਐਨ ਸੀ ਤੋਂ ਵਰਕ ਕਰਕੇ ਤੇ ਆ ਕੇ ਵਾਪਸ ਮੈਕਾਡਮੀ ਚ ਗਈ ਇੱਥੇ ਆ ਕੇ ਫਿਰ ਮੈਂ ਪੀ ਐਚ ਡੀ ਕੀਤੀ ਤੇ ਮੈਂ ਪੀ ਐ ਜੀ ਜਿਹੜਾ ਟਾਪਿਕ ਚੂਜ਼ ਕੀਤਾ ਉਹ ਚੂਜ਼ ਕੀਤਾ ਫਾਈਨੈਂਸ਼ੀਅਲ ਫਰੀडम ਦੇ ਉੱਤੇ ਜੀ ਜਿਹਦੇ ਵਿੱਚ ਅੱਜ ਕੱਲ ਬਹੁਤ ਸਾਰਾ ਦਿੱਕਤ ਆਉਂਦੀ ਹੈ ਜਿਵੇਂ ਆਪਣੇ ਯੂਥ ਨੂੰ ਦੇਖੀਏ ਤੇ ਉਹਨਾਂ ਨੂੰ ਇਹ ਲੱਗਦਾ ਕਿ ਕਰੀਅਰ ਇੱਕ ਬਹੁਤ ਇੰਪੋਰਟੈਂਟ ਚੀਜ਼ ਆ ਤੇ ਨੇਚਰਲੀ ਹਰ ਬੰਦੇ ਨੂੰ ਮਨੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਫਾਈਨੈਂਸ਼ੀਅਲ ਪਲੈਨਿੰਗ ਅੱਜ ਕੱਲ ਲੋਕਾਂ ਦੀ ਹਿਲੀ ਹੋਈ ਆ ਜੀ ਅੱਛਾ ਅਨਵੀ ਕਰ ਰਹੇ ਆ ਇੰਜੀਨੀਅਰ ਵੀ ਬਹੁਤ ਅੱਛਾ ਅਨ ਕਰ ਰਹੇ ਪਰ ਉਹ ਕਿਤੇ ਨਾ ਕਿਤੇ ਆਪਣੀ ਮਨੀ ਨੂੰ ਮੈਨੇਜ ਨਹੀਂ ਕਰ ਪਾਉਂਦੇ ਪਰ ਜਦ ਮੈਂ ਵੈਲਨੈਸ ਦੀ ਗੱਲ ਕੀਤੀ ਫਾਈਨੈਂਸ਼ੀਅਲ ਵੈਲਨੈਸ ਦੀ ਗੱਲ ਕੀਤੀ ਤਾਂ ਉੱਥੇ ਮੈਨੂੰ ਸਮਝ ਆਇਆ ਕਿ ਵੈਲਨੈਸ ਜਿਹੜਾ ਹੈ ਉਹ ਇੱਕ ਸਟੇਟ ਆਫ ਮਾਈਂਡ ਹੈ ਹਮ ਕਿ ਉਹ ਦਿਮਾਗ ਨਾਲ ਰਿਲੇਟਡ ਹੈ ਕਿ ਤੁਸੀਂ ਆਪਣੀ ਵੈਲਨੈਸ ਕਿੱਦਾਂ ਮੇਨਟੇਨ ਕਰਦੇ ਆ ਜ ਤੇ ਬੈਲੈਂਸ ਲੈ ਕੇ ਕਰਕੇ ਹੀ ਤੁਸੀਂ ਡਿਸੀਜਨ ਲੈ ਸਕਦੇ ਹੋ ਚਾਹੇ ਉਹ ਫਾਈਨੈਂਸ ਤੋਂ ਰਿਲੇਟਡ ਹੈ ਚਾਹੇ ਉਹ ਰਿਲੇਸ਼ਨਸ਼ਿਪ ਤੋਂ ਰਿਲੇਟਡ ਹੈ ਜਾਂ ਕਰੀਅਰ ਤੋਂ ਰਿਲੇਟਡ ਹੈ ਤੇ ਮੈਨੂੰ ਇਦਾਂ ਲੱਗਦਾ ਹੈ ਕਿ ਸੈਲਫ ਮੈਨੇਜਮੈਂਟ ਇੱਕ ਬਹੁਤ ਇੰਪੋਰਟੈਂਟ ਟਾਪਿਕ ਹੈ ਜਿਹੜਾ ਮੈਨੂੰ ਆਪਣੀ ਪੀਐਚਡੀ ਦੇ ਦੌਰਾਨ ਪਤਾ ਲੱਗਾ ਕਿ ਇੱਕ ਫਾਈਨੈਂਸ਼ੀਅਲ ਕਿਉਂਕਿ ਸਾਨੂੰ ਪਤਾ ਹੀ ਹੈ ਕਿ ਵਰਲਡ ਦੀ ਜਿਹੜੀ ਵੈਲਥ ਹੈ ਉਹ ਸਿਰਫ 2% ਲੋਕਾਂ ਦੇ ਹੱਥ ਦੇ ਵਿੱਚ ਹੀ ਹੈਗੀ ਹੈ ਤੇ ਅਸੀਂ ਇਹੀ ਕਹਿੰਦੇ ਕਿ ਅਨ ਇਕਵਲ ਡਿਸਟ੍ਰਿਬਿਊਸ਼ਨ ਆਫ ਜੈ ਮਨੀ ਕਿਹਾ ਜਾਂਦਾ ਹੈ ਤੇ ਉਹਦਾ ਰੀਜ਼ਨ ਮੈਨੂੰ ਸਮਝ ਨਹੀਂ ਆ ਰਿਹਾ ਸੀ ਪਰ ਡਿਊਰਿੰਗ ਮਾਈ ਪੀਐਚ ਤੇ ਮੇਰੀ ਜਿਹੜੀ ਸਟੱਡੀ ਸੀ ਉਹ ਬਿਹੇਵਰਲ ਫਾਈਨੈਂਸ ਤੇ ਸ਼ਿਫਟ ਹੋਈ ਬਿਹੇਵਰਲ ਫਾਈਨੈਂਸ ਕੀ ਤੁਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਚ ਜਿਹੜੇ ਜਿਹੜੇ ਡਿਸੀਜਨਸ ਲੈਂਦੇ ਹੋ ਉਹਦੇ ਹੀ ਤੁਹਾਡਾ ਕਰੀਅਰ ਬਣਾਉਂਦੇ ਹੈ ਉਹੀ ਤੁਹਾਡੀ ਲਾਈਫ ਬਣਾਉਂਦੇ ਹੈ ਤੇ ਉਹੀ ਤੁਹਾਨੂੰ ਸਕਸੈਸ ਦਿਵਾਉਂਦੇ ਹੈ ਜਾਂ ਤੁਹਾਨੂੰ ਸੁਭਾਅ ਕਹ ਸਕਦੇ ਆ ਜੀ ਮੈਮ ਦੀ ਇੰਟਰੋਡਕਸ਼ਨ ਤੁਹਾਡੇ ਨਾਲ ਹੋ ਚੁੱਕੀ ਹੈ ਮੈਂ ਇੰਟਰੋਡਕਸ਼ਨ ਕਰਾਉਂਦਿਆਂ ਸ਼ਬਦਾਂ ਨੂੰ ਕਈ ਵਾਰੀ ਕਈ ਵਾਰੀ ਫਲੋ ਚ ਆਉਂਦੇ ਨੇ ਕਿ ਵੀ ਮੈਂ ਨਹੀਂ ਕਹਿੰਦਾ ਕਿ ਪੜ੍ਹੇ ਲਿਖੇ ਵਾਲੇ ਪੀ ਐਚ ਡੀ ਮੈਂ ਉਹ ਵੀ ਕਹਿਣਾ ਚਾਹੁੰਦਾ ਕਿ ਪੀ ਐਚ ਡੀ ਵਾਲੇ ਡਾਕਟਰ ਤੇ ਦੂਜੇ ਡਾਕਟਰ ਵੀ ਪੜ੍ਹੇ ਲਿਖੇ ਹੁੰਦੇ ਨੇ ਐਮ ਬੀ ਬੀ ਐਸ ਚਾਰ ਚਾਰ ਸਾਲ ਉਹਨੂੰ ਵੀ ਸਖਤ ਮਿਹਨਤਾਂ ਕਰਦੇ ਨੇ ਅੱਜ ਡਾਕਟਰ ਸਾਹਿਬ ਨਾਲ ਅੱਜ ਅਸੀਂ ਜਿਹੜਾ ਖਾਸ ਟੌਪਿਕ ਅਸੀਂ ਲੈ ਕੇ ਗੱਲਬਾਤ ਕਰਾਂਗੇ ਉਹਦੇ ਵਿੱਚ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਦੋ ਸੁਸਾਇਸਾਈਡ ਦੇ ਕੇਸ ਸਾਹਮਣੇ ਆਉਂਦੇ ਨੇ ਇੱਕ ਕੇਸ ਤਾਂ ਅਸੀਂ ਦੇਖਿਆ ਕਿ ਉਹ ਜਿਹੜਾ ਨੌਜਵਾਨ ਆ ਤਿਆਰੀ ਕਰ ਰਿਹਾ ਸੀ ਪੇਪਰਾਂ ਦੀ ਪੜ੍ਹਾਈ ਕਰਕੇ ਕੈਰੀਅਰ ਬਣਾਉਣਾ ਚਾਹੁੰਦਾ ਸੀ ਸੈੱਟ ਹੋਣਾ ਚਾਹੁੰਦਾ ਸੀਗਾ ਤੇ ਉਹ ਕਿਤੇ ਨਾ ਕਿਤੇ ਚੀਜ਼ਾਂ ਨਹੀਂ ਹੋ ਸਕੀਆਂ ਤਾਂ ਉਹਨੇ ਇੱਕ ਕਦਮ ਚੁੱਕਿਆ ਤਾਂ ਆਪਣੀ ਜਿਹੜੀ ਜਾਨ ਆ ਉਹਨੇ ਖੁਦ ਲਈ ਤਾਂ ਇਹਦੇ ਨਾਲ ਹੀ ਜਿਹੜਾ ਕੋਟਾ ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਤਿਆਰੀ ਕਰਨ ਜਾਂਦੇ ਨੇ ਉਹ ਉਹਨਾਂ ਦੀ ਉਮਰ ਛੋਟੀ ਹੁੰਦੀ ਹੈ ਨੀਟ ਦੀ ਤਿਆਰੀ ਕਰਦੇ ਨੇ ਉੱਥੋਂ ਵੀ ਅਜਿਹੇ ਕੇਸ ਸਾਹਮਣੇ ਆਉਂਦੇ ਨੇ ਇਹਦੇ ਨਾਲ ਇਹ ਵੀ ਹੁੰਦਾ ਕਿ ਕਈਆਂ ਦੀ ਜੌਬ ਲੈਸ ਹੋ ਜਾਂਦੇ ਨੇ ਪ੍ਰਾਈਵੇਟ ਸੈਕਟਰ ਦੇ ਵਿੱਚ ਜੌਬ ਹੈ ਜੌਬ ਚਲੀ ਗਈ ਤਾਂ ਫਿਰ ਉਸੇ ਡਿਪਰੈਸ਼ਨ ਦੇ ਵਿੱਚ ਆ ਗਏ ਉਸੇ ਹਾਲਾਤ ਦੇ ਵਿੱਚ ਆ ਗਏ ਕਿ ਯਾਰ ਇਹ ਤਾਂ ਗਲਤ ਹੋ ਗਿਆ ਇਹ ਤਾਂ ਹੁਣ ਕਿਵੇਂ ਕਰਾਂਗੇ ਚੀਜ਼ਾਂ ਅਗਲੀ ਮੈਨੇਜਮੈਂਟ ਹਿੱਲ ਜਾਂਦੀ ਹੈ ਸਾਰੀ ਕਿਉਂਕਿ ਖਰਚੇ ਜਿਹੜੇ ਕਮਾਉਣ ਵਾਲੇ ਬੰਦੇ ਤੇ ਟਿਕੇ ਹੁੰਦੇ ਨੇ ਤਾਂ ਸਭ ਤੋਂ ਪਹਿਲਾਂ ਹੁਣ ਅਸੀਂ ਜਿਹੜਾ ਵਿਦਿਆਰਥੀਆਂ ਦੇ ਵਿੱਚ ਜਿਹੜਾ ਡਿਪਰੈਸ਼ਨ ਦੀ ਸਮੱਸਿਆ ਹੈਗੀ ਹੈ ਵਿਦਿਆਰਥੀਆਂ ਤੋਂ ਸ਼ੁਰੂ ਕਰਾਂਗੇ ਮੈਮ ਬਿਲਕੁਲ ਸਾਰਾ ਨਾਲੋਂ ਨਾਲ ਚੱਲਦਾ ਜਾਏਗਾ ਜੀ ਇਹ ਜ਼ਰੂਰ ਦੱਸਿਓ ਵੀ ਇਹ ਜਿਹੜੇ ਕਦਮ ਜਿਹੜੇ ਚੱਕੇਗੇ ਪਿਛਲੇ ਦਿਨਾਂ ਵਿੱਚ ਇਹ ਤਾਂ ਸਾਡੇ ਆਸ-ਪਾਸ ਵਾਪਰਿਆ ਜਿਨ੍ਹਾਂ ਨੂੰ ਅਸੀਂ ਬਹੁਤ ਚੰਗੀ ਤਰੀਕੇ ਨਾਲ ਜਾਣਦੇ ਸੀ ਜਿਨ੍ਹਾਂ ਲੋਕਾਂ ਨੂੰ ਜਾਂ ਜਿਹੜੇ ਪੜ੍ਹਦੇ ਆ ਜਿਹੜਾ ਵਿਦਿਆਰਥੀ ਵਰਗ ਹੈ ਇੱਥੇ ਵੀ ਬਹੁਤ ਸਾਰਾ ਵਿਦਿਆਰਥੀ ਵਰਗ ਪੜ੍ਹਦਾ ਹੈ ਤਾਂ ਇਹ ਬੱਚੇ ਇਹ ਜਿਹੇ ਕਦਮ ਲੈ ਜਾਂਦੇ ਨੇ ਜੀ ਉਹ ਕਰੀਏ ਤਾਂ ਸਾਡਾ ਨਹੀਂ ਬੰਨਾ ਤਾਂ ਇਹਨਾਂ ਬਾਰੇ ਜ਼ਰੂਰ ਗੱਲ ਕਰਨੀ ਚਾਹੀਦੀ ਹਾਂਜੀ ਇਹ ਜਿਹਦਾ ਅੱਜਕੱਲ ਸਮਾਂ ਚੱਲ ਰਿਹਾ ਬੜੀ ਅਫਸੋਸ ਦੀ ਗੱਲ ਹੈ ਕਿ ਜਦ ਸਾਡੇ ਯੰਗਸਟਰਸ ਨੂੰ ਜਿਹਨਾਂ ਤੇ ਸਮਾਜ ਵਿੱਚ ਜਿਹੜੇ ਯਾਰਾ ਯੰਗ ਯੂਥ ਹੈ ਜਿਹਦੇ ਉੱਤੇ ਪੂਰਾ ਸਾਡਾ ਦੇਸ਼ ਟਿਕਿਆ ਪਿਆ ਅਗਰ ਉਹ ਇਦਾਂ ਦੇ ਡਿਸੀਜਨ ਲੈਂਦੇ ਤੇ ਦੇਸ਼ ਕਿਸ ਪਾਸੇ ਜਾ ਰਿਹਾ ਸੀ ਸਮਝ ਸਕਦੇ ਹਾਂ ਇਹ ਬੜੀ ਅਫਸੋਸ ਦੀ ਗੱਲ ਹੈ ਕਿ ਅਸੀਂ ਉਹਨਾਂ ਨੂੰ ਮੈਂਟਰ ਨਹੀਂ ਕਰ پا ਰਹੇ ਹਾਂ ਸੇ ਮੇਰਾ ਪਰਪਸ ਲਾਈਫ ਇਨ ਸੈਕਿੰਡ ਮੋਟਿਵ ਮੇਰਾ ਸੋਸ਼ਲ ਵਿੱਚ ਕਾਸਟ ਇਹੀ ਆਂਦਾ ਕਿ ਮੈਂ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਗਾਈਡ ਕਰ ਸਕਾਂ ਉਹਨਾਂ ਦੇ ਵੈਲਨੈਸ ਤੇ ਉੱਤੇ ਵਰਕ ਕਰ ਸਕਾਂ ਅਸੀਂ ਜਿਆਦਾ ਦੇਖਦੇ ਹਾਂ ਕਿ ਇੱਕ ਯੰਗ ਬੱਚੇ ਤੇ ਪ੍ਰੈਸ਼ਰ ਕਿਉਂ ਆਇਆ ਬਿਕੋਜ਼ ਉਹਦਾ ਸਾਈਕਲੋਜੀਕਲ ਲੈਵਲ ਇੰਨਾ ਡਿਵੈਲਪ ਹੀ ਨਹੀਂ ਹੋ ਪਾਇਆ ਸੀਗਾ ਕਿ ਉਹ ਉਹ ਪ੍ਰੈਸ਼ਰ ਨੂੰ ਹੈਂਡਲ ਕਰ ਸਕੇ ਉਹਨੂੰ ਉਸ ਤੋਂ ਅੱਗੇ ਦੁਨੀਆ ਦਿਖੀ ਹੀ ਨਹੀਂ ਕਿ ਇਸ ਸਾਲ ਨਹੀਂ ਹੋਇਆ ਜੀ ਤੇ ਅਗਲਾ ਸਾਲ ਆਊਗਾ ਹੀ ਨਹੀਂ ਉਸ ਨੂੰ ਉਹਦੇ ਵਾਸਤੇ ਤੇ ਇਹ ਹੀ ਸਿਚੁਏਸ਼ਨ ਆ ਗਈ ਨਾ ਤੇ ਇਹ ਟਰੈਪ ਹੁੰਦਾ ਹੈ ਇਹ ਫੇਅਰ ਫੈਕਟਰ ਦਾ ਉਹ ਟਰੈਪ ਹੁੰਦਾ ਜਿੱਥੋਂ ਦੀ ਅਸੀਂ ਬਾਹਰ ਨਹੀਂ ਨਿਕਲ ਪਾਂਦੇ ਤੇ ਡਿਸੀਜਨ ਸਾਡੇ ਰਾង ਹੋ ਜਾਂਦੇ बिकॉज ਸਾਡੇ ਜਿਹੜੇ ਨਿਊਰੋਨਸ ਹੈ ਉਹ ਇਸ ਤਰ੍ਹਾਂ ਦੀ ਫੰਕਸ਼ਨਿੰਗ ਵਿੱਚ ਚਲੇ ਜਾਂਦੇ ਆ ਕਿ ਉਹ ਉਸ ਤੋਂ ਅੱਗੇ ਸੋਚ ਹੀ ਨਹੀਂ ਪਾਉਂਦੇ ਜੀ ਤੇ ਨਾ ਹੀ ਉਹ ਕਿਸੇ ਐਸੇ ਪਰਸਨ ਨਾਲ ਡਿਸਕਸ ਕਰ ਪਾਉਂਦੇ ਐ ਕਿ ਜਿਹਦੇ ਨਾਲ ਉਹ ਰੀਲੀਫ ਫੀਲ ਕਰ ਸਕਣ ਯਾਨੀ ਕਿ ਕਿਤੇ ਨਾ ਕਿਤੇ ਅਸੀਂ ਇਹਨੂੰ ਇੱਕ ਵੱਡਾ ਗੈਪ ਸਮਝ ਸਕਦੇ ਆ ਜਿਹੜਾ ਫਿਲ ਕਰਨਾ ਬਹੁਤ ਜ਼ਰੂਰੀ ਆ ਅੱਜ ਕੱਲ ਦੇ ਸਮਾਜ ਵਿੱਚ ਕਿ ਇਦਾਂ ਦਾ ਕੋਈ ਸਮਾਂ ਆਏ ਜਿੱਥੇ ਸਾਨੂੰ ਡਿਸੀਜਨ ਲੈਣਾ ਪਵੇ ਅਸੀਂ ਕਿਸੇ ਸਟ੍ਰੈਸ 'ਚ ਹੈਗੇ ਆਂ ਅਸੀਂ ਕਿਸੇ ਟੈਂਸ਼ਨ 'ਚ ਐ ਐਂਗਜ਼ਾਈਟੀ 'ਚ ਐ ਤੇ ਸਾਡੇ ਕੋਲ ਇੱਕ ਸਹਾਰਾ ਹੋਣਾ ਚਾਹੀਦਾ ਜਿਹਦੇ ਨਾਲ ਅਸੀਂ ਡਿਸਕਸ ਕਰੀਏ ਉਹਦੇ ਨਾਲ ਅੱਗੇ ਸੋਲੂਸ਼ਨ ਕੱਢ ਸਕੀਏ ਤੇ ਇਹ ਲਾਈਫ ਦਾ ਐਂਡ ਨਹੀਂ ਹੈ ਜੇ ਇੱਕ ਸਾਡਾ ਕਹਿੰਦਾ ਫੇਲੀਅਰਸ ਆਰ ਦਾ ਪਿਲਰਸ ਆਫ ਸਕਸੈਸ ਜੀ ਐਵੇਂ ਨਹੀਂ ਕਿਹਾ ਗਿਆ ਇਹ ਅਸੀਂ ਵੱਡੇ ਵੱਡੇ ਮੋਟੀਵੇਸ਼ਨ ਸਪੀਕਰਸ ਨੂੰ ਜਦ ਸੁਣਦੇ ਆ ਅਸੀਂ ਬਹੁਤ ਸਾਰੇ ਸਕਸੈਸਫੁਲ ਲੋਕਾਂ ਨੂੰ ਅਗਰ ਦੇਖਿਆ ਜਾਵੇ ਉਹਨਾਂ ਦੀ ਜਰਨੀ ਸੌਖੀ ਨਹੀਂ ਰਹੀ ਉਹ ਵੀ ਫੇਲੀਅਰਸ ਦੇ ਨਾਲ ਹੀ ਰਹੀ ਹੈ ਬਟ ਇੱਕ ਫੇਲ ਹੋਣ ਦਾ ਡਰ ਤੇ ਉਹਦੇ ਤੋਂ ਉੱਪਰ ਆਉਣ ਵਾਸਤੇ ਇੱਕ ਗੁਰੂ ਦੀ ਇੱਕ ਮੈਂਟਰਰ ਦੀ ਇੱਕ ਸਹਾਰੇ ਦੀ ਜਰੂਰ ਜ਼ਰੂਰਤ ਰਹਿੰਦੀ ਹੈ ਜਿਹੜੀ ਅੱਜ ਕੱਲ ਦੇ ਸਮੇਂ 'ਚ ਮਿਸਿੰਗ ਹੈ ਮੈਨੂੰ ਕਿਤੇ ਨਾ ਕਿਤੇ ਇਹ ਕਮਿਊਨੀਕੇਸ਼ਨ ਪ੍ਰੋਬਲਮ ਵੀ ਲੱਗਦੀ ਹੈ ਜਿਹੜੀ ਉਹ ਪੇਰੈਂਟਸ ਨਾਲ ਨਹੀਂ ਡਿਸਕਸ ਕਰ ਪਾਉਂਦੇ ਆਪਣੇ ਜਿਹੜੇ ਗੁਰੂ ਹੈ ਉਹਨਾਂ ਨਾਲ ਡਿਸਕਸ ਨਹੀਂ ਪਾਉਂਦੇ ਜਾਂ ਤੇ ਡਿਸਟੈਂਸ ਕ੍ਰੀਏਟ ਹੋ ਗਿਆ ਜਾਂ ਕੁਝ ਏਦਾਂ ਦਾ ਸਿਸਟਮ ਕ੍ਰੀਏਟ ਮੈਂਚੀ ਹੋ ਗਿਆ ਕਿ ਮੈਂ ਗੱਲ ਹੀ ਨਹੀਂ ਕਰ ਪਾਉਂਦਾ